ਆ ਕੰਡੇ ਦੇ, ਲਾ ਤੀ ਗੱਡੀ, ਕੰਡਾ ਕਰਾਉਂਦੇ ਹਾਂ ਫਿਰ ਖਾਲੀ ਹੁਣ ਲੱਗੂਗੀ। ਉਹ ਸਾਹਮਣੇ ਕੰਡਾ ਇੱਕ ਹੈ, ਉਹ ਵੀ ਹੋਊਗਾ, ਪਹਿਲਾਂ ਆਹ ਹੋਊਗਾ, ਬਾਕੀ ਦੇਖਦੇ ਹਾਂ ਹੁਣ ਕੀ ਬਣਦਾ। ਲਓ ਜੀ ਗੱਡੀ ਹੋ ਗਈ ਖਾਲੀ ਆਪਣੀ, ਉੱਥੇ ਖਾਲੀ ਹੋ ਗਈ ਗੱਡੀ, ਅਤੇ ਹੁਣ ਆਪਾਂ ਕੰਡਾ ਕੁੰਡਾ ਕਰਾ ਕੇ ਉਰੇ ਖੜਾ ਦੀ, ਦੇਖਦੇ ਹਾਂ ਭਾੜਾ ਭੂੜਾ ਲੈਂਦੇ ਹਾਂ। ਇਹ ਸੀ ਆਪਣਾ ਵਜਨ ਘੱਟ ਗਿਆ, ਲੋਸ ਹੋ ਗਿਆ ਥੋੜ੍ਹਾ ਜਿਹਾ, ਬਾਕੀ ਦੇਖਦੇ ਹਾਂ ਹੁਣ ਕੀ ਬਣਦਾ। ਹੁਣ ਗੱਡੀ ਤਾਂ ਖਾਲੀ ਹੋ ਗਈ, ਹੁਣ ਚੱਲਦੇ ਹਾਂ ਆਪਾਂ ਭਾੜਾ ਭੂੜਾ ਲੈ ਲਈਏ, ਫਿਰ ਚੱਲਦੇ ਹਾਂ ਆਪਾਂ। ਵੀਡੀਓ ਤਾਂ ਹੀ ਬਣਾਈ ਅੱਜ, ਧੁੱਪਾਂ ਬਹੁਤ ਸੀ ਉੱਥੇ, ਕੈੜੀ ਧੁੱਪ ਸੀ, ਨਹੀਂ ਤਾਂ ਕੂਲਰ ਲਾ ਕੇ ਆਰਾਮ ਨਾਲ ਸੌ ਗਏ ਸੀ ਆਪਣਾ ਅੰਤਰ, ਬੈਠ ਕੇ ਵੀਡੀਓ ਵਗੈਰਾ ਐਡਿਟ ਕਰੀ ਗਏ। ਅਤੇ ਅੱਛਾ ਹੁਣ ਚੱਲਦੇ ਹਾਂ ਆਪਾਂ ਥੋੜ੍ਹੇ ਦੇਰ ਤੱਕ, ਉਰੋਂ ਫਿਰ ਦਿਖਾਉਂਦੇ। ਫਿਰ ਉਹ ਜੀ ਜਹਾਜ਼ ਨੂੰ ਲੱਗੇ ਸੀ ਭੁੱਖ ਆਪਣੇ ਨੂੰ, ਅਤੇ ਆਪਾਂ ਇਹਨੂੰ ਤੇਲ ਪਿਲਾਤਾ। ਕਿੰਨੇ ਲੀਟਰ ਆ ਜਾਊ ਉੱਥੋਂ ਦੇ ਸਾਨੂੰ? ਥੱਲੇ ਚਲੇ ਗਿਆ, ਧੁੱਪ ਆ ਗਿਆ, 5 ਰੁਪਏ ਦਾ ਹੋਰ ਪੈ ਜਾਣਾ, ਪੈ ਜਾਣਾ। ਲਓ ਜੀ ਤੇਲ ਪਵਾ ਲਿਆ, ਉਰੀ ਖੜ ਗਿਆ ਸੀ ਥੋੜ੍ਹੀ ਦੇਰ, ਹੁਣ ਅਸੀਂ ਖਾਵਾਂਗੇ ਤਰਕੂਚ ਜਿਹੜਾ ਰਾਤ ਕੱਢਿਆ ਸੀ। ਅਸੀਂ ਕਿਹਾ 25,000 ਦਾ ਤੇਲ ਪਵਾਵਾਂਗੇ, ਧੋਖਾ ਦੇ 22,000 ਕਾ ਤੇਲ ਆਇਆ ਪੂਰਾ। ਚਲੋ ਕੋਈ ਨਾ, ਆਪਣੀ ਟੈਂਕੀ ਫੁੱਲ ਆ, ਕਲਕੱਤੇ ਨੂੰ ਸਿੱਧਾ ਕਰ ਦੇਣਾ, ਤੇ ਹੁਣ ਆਪਾਂ ਤਰਬੂਜ ਦਾ ਮਟਰ ਕਰੀਏ। ਅੱਜ ਸਾਡਾ ਧੋਖਾ ਗਿਆ, ਸਾਡੇ 3600 ਰੁਪਏ ਕੱਟੇ ਗਏ, ਮਾਲ ਘੱਟ ਗਿਆ, ਮਾਲ ਘੱਟ ਗਿਆ ਗਾਈਸ, ਸਾਡਾ ਲੋਸ ਹੋ ਗਿਆ ਥੋੜ੍ਹਾ ਜਿਹਾ। ਅਬ ਤੇਰਾ ਕਿਆ ਬਣੇਗਾ ਹਰਿਆ? ਲਓ ਵੀ ਉੱਧਰ ਹੋ ਗਿਆ ਸਨਸੈਟ, ਉਹ ਦੇਖੋ ਆਪਾਂ ਬੈਠੇ ਸੀਗੇ ਟੂਲ 'ਤੇ, ਆਪਾਂ ਇੰਜੋਏ ਕਰ ਰਹੇ ਸੀਗੇ ਆਪਣੀ ਚਾਏ ਸਨਸੈਟ ਦੇ ਨਾਲ ਚਾਹ, ਅਤੇ ਵਲੋਗ ਪੈ ਰਿਹਾ ਸੀਗਾ, ਐਂ ਪ੍ਰੋਸੈਸਿੰਗ ਹੋ ਰਹੀ ਆ ਹਾਲੇ, ਮੈਂ ਕਿਹਾ ਇੰਨੇ ਉੱਪਰ ਬਹਿ ਕੇ ਵਲੋਗ ਪਾ ਲੈਂਦੇ ਹਾਂ, ਨਾਲੇ ਰੇਂਜ ਆਈ ਜਾਂਦੇ, ਟਾਵਰ ਆਈ ਜਾਂਦੇ ਨੇ ਵਧੀਆ, ਬਾਕੀ ਉੱਧਰ ਬਾਕੀ ਮੌਸਮ ਐਨ ਪੂਰਾ ਠੰਡਾ ਠੰਡਾ ਹੈ, ਵਧੀਆ ਮੌਸਮ ਐਨ, ਗਰਮੀ ਨਹੀਂ ਲੱਗ ਰਹੀ ਇੰਨੀ ਜ਼ਿਆਦਾ। ਰੋਡ ਮੈਪ ਪਟਿਆਲੇ ਤੋਂ ਸਟਾਰਟ ਕਰਿਆ ਸੀ, ਉਹਦੇ 480 ਕਿਲੋਮੀਟਰ ਚੱਲ ਗਈ, ਮੈਕਸ ਸਪੀਡ 1.64 ਕਿਲੋਮੀਟਰ 'ਤੇ ਗਈ ਆ, ਅਤੇ ਐਵਰੇਜ 60 ਦੀ ਆਈ ਆ, ਸਾਰਾ ਕੁਝ ਦੱਸਦਾ ਘੰਟੇ ਇੰਨੇ ਲੱਗੇ ਨੇ, ਘੰਟਿਆਂ 'ਤੇ ਉਹ ਨਾ ਕਰਿਓ, ਕਿਉਂਕਿ ਵਿੱਚ ਜੇ ਜਦੋਂ ਖੜੀ ਰਹੀ ਹੈ ਇਹ ਆਉਣ ਰਹੇ ਆ, ਉਹ ਰਿਪੋਜ਼ ਕਰਨਾ ਪੈਂਦਾ ਨਾ, ਜਦੋਂ ਆਪਾਂ ਨਹੀਂ ਚਲਾਉਣਾ ਰਿਪੋਜ਼ ਕਰ ਦਿਉ ਅਤੇ ਉਹ ਕਰ ਦਿਉ, ਅਤੇ ਇਹ ਬਸ ਇਹ ਚੋਣ ਚੱਲ ਰਹਿ ਗਿਆ, ਘੰਟੇ ਜੀ ਜਾਣਾ, 18 ਘੰਟੇ ਲੱਗੇ ਹੈਗੇ, ਇੰਨੇ ਵੀ ਹੌਲੀ ਨਹੀਂ ਆਏ, ਅਤੇ ਹੁਣ ਤਲੇ ਹਾਲਾਤ ਖੜ੍ਹੇ ਸੀਗੇ, ਰਾਤ ਹੋ ਗਈ ਰਾਤ, ਹੁਣ ਥੋੜ੍ਹਾ ਅੱਗੇ ਪੀੜ ਪੀੜ 'ਚ ਯਾਰ ਭੀੜ ਬਹੁਤ ਹੁੰਦੀ ਆ, ਮੈਂ ਕਿਹਾ ਛੱਡ ਯਾਰ ਆਰਾਮ ਨਾਲ ਚੱਲਾਂਗੇ, ਕੋਈ ਪੰਗਾ ਬਾਜ਼ੀ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਤਾਂ ਕਰਕੇ ਉਹਨੂੰ ਬੈਠੇ ਹਾਂ, ਬਸ ਥੋੜ੍ਹੀ ਦੇਰ ਤੱਕ ਜਾਵਾਂਗੇ, ਹੁਣ ਟਾਈਮ ਕੀ ਹੋ ਗਿਆ, 7:07 ਹੋ ਗਿਆ, 8 ਵਜੇ ਚੱਲਾਂਗੇ, 8:30 ਆਰਾਮ ਨਾਲ, ਅਤੇ ਚੱਲਦੇ ਮਿਲਦੇ ਹਾਂ ਫਿਰ ਦੇਖਦੇ। ਜੋ ਵੀ ਟਾਈਮ ਹੋ ਗਿਆ 8:44,
ਹੁਣ ਆਪਾਂ ਤੁਰਨ ਲੱਗੇ ਹਾਂ ਮਝੋਲੇ ਤੋਂ। ਮਝੋਲੇ ਤੋਂ ਕਿੱਥੇ ਜਾਣਾ ਆਪਾਂ ਹੁਣ? ਬਰੇਲੀ ਜਾਏਂਗੇ, ਬਰੇਲੀ। ਮਝੋਲੇ ਸੇ ਹਮ ਜਾਏਂਗੇ ਬਰੇਲੀ। ਬਰੇਲੀ ਤੋਂ ਆਪਾਂ ਹੁਣ ਮਿੱਟੀ ਭਰਨੀ ਹੈ, ਮਿੱਟੀ ਭਰ ਕੇ ਫਿਰ ਆਪਾਂ ਜਾਵਾਂਗੇ ਪੰਜਾਬ ਨੂੰ। ਹੁਣ ਨਹੀਂ ਮਤਲਬ ਭਰੂਗੀ ਤਾਂ ਕੱਲ੍ਹ ਹੀ। ਬਾਕੀ ਹੁਣ ਆਪਾਂ ਇੱਥੋਂ ਤੁਰ ਪਏ ਹਾਂ ਥੋੜ੍ਹਾ ਜਿਹਾ ਚੱਲ ਕੇ। ਹੁਣ ਆਪਾਂ ਅੱਗੇ ਆ ਕੇ ਥੋੜ੍ਹਾ ਜਿਹਾ ਲਿਆ ਬ੍ਰੇਕ, ਠੰਡਾ ਵਗੈਰਾ ਪੀਂਦੇ ਹਾਂ, ਦੁੱਧ ਲੈ ਕੇ ਆਉਂਦੇ ਹਾਂ ਚਾਹ ਵਗੈਰਾ ਬਣਾਉਣ ਲਈ। ਕਰ ਲੂੰ ਅੱਜ ਤਾਂ ਬਣਾ ਲਈ ਸੀ ਚਾਹ। ਉਹ ਰਹੇ ਸਾਹਮਣੇ ਦੁਕਾਨ ਹੈ, ਅੱਗੇ ਵੀ ਨਾਲ ਲੈਣ ਠੰਡਾ ਵਗੈਰਾ ਪੀਂਦੇ ਹਾਂ ਫਿਰ ਚੱਲਦੇ ਹਾਂ ਉਰੋਂ ਬਰੇਲੀ ਵੱਲ ਨੂੰ ਸਿੱਧਾ ਸਿੱਧਾ। ਠੰਡਾ ਵਗੈਰਾ ਪੀ ਕੇ ਠੰਡੇ ਹੋਈਏ ਥੋੜ੍ਹਾ ਜਿਹਾ ਯਾਰ, ਗਰਮੀ ਬਹੁਤ ਆ, ਭੁੱਖੇ ਮਰਦੇ ਪਏ ਹਾਂ। ਸਵੇਰ ਦਾ ਕੀ ਖਾਇਆ ਆਪਾਂ? ਇੱਕੋ ਖਾਇਆ ਬਸ, ਵਾਟਰਮੇਲਨ ਖਾਇਆ, ਮੈਨਲ ਖਾਇਆ, ਹੋਰ ਕੁਛ ਨਹੀਂ ਖਾਇਆ। ਹੋਰ ਕੁਛ ਨਹੀਂ ਤੇ ਚਾਹ ਪੀਤੀ ਸ਼ਾਮ ਨੂੰ ਬਾਅਦ, ਹੋਰ ਕੁਛ ਨਹੀਂ ਖਾਇਆ ਤੇ। ਮੈਂ ਕਿਹਾ ਹੁਣ ਘੰਟਾ ਲੱਗਣਾ ਜਾਣ ਨੂੰ, ਮਾੜੇ ਜਿਹੇ ਸਾਂਝ ਆ ਜਾਏ ਢਿੱਡ ਨੂੰ ਰੋਟੀ ਦਾ ਅੱਥੀ ਖਾਵਾਂਗੇ ਜਾ ਕੇ। ਤੇ ਸਾਡੇ ਨਾਲ ਇੱਕ ਲਹਿਰ ਜੀ ਹੋ ਗਈ ਸੀ ਇੱਧਰ, ਫੈਨ ਫੋਲੋਇੰਗ ਵੀ ਬਹੁਤ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਪਕੌੜੀ ਦੇ ਦਿਓ ਆਪਣੇ, ਉੱਧਰ ਤਾਂ ਪਕੌੜੀਆ ਕਹਿੰਦੇ ਨੇ, ਇੱਧਰ ਕੁਛ ਹੋਰ ਕਹਿੰਦੇ ਹੋਣੇ ਆ। ਬਾਕੀ ਹੁਣ ਆਪਾਂ ਥੋੜਾ ਚਿਲਡ ਹੋ ਜਾਈਏ ਤੇ ਪਕੌੜੀਆਂ ਖਾ ਲਈਏ, ਫਿਰ ਤਾਂ ਆਪਾਂ ਸੜਕੇ ਦਿਖਾਉਣੀ ਆ ਨਾ, ਫਿਰ ਤਾਂ ਅਸੀਂ ਉੜਤੇ ਜਾਏਂਗੇ, ਫਿਰ ਤਾਂ ਉੜਤੇ ਜਾਏਂਗੇ। ਫਿਰ ਸਾਡੇ ਉੱਤੇ ਕਰਤਾ 2 ਪੈਕਟ ਰਹਿ ਗਏ ਜੀ ਆਪਣੇ ਕੋਲ, ਡੇਟ ਤਾਂ ਚੈੱਕ ਕਰ ਲਈਏ, ਡੇਟ ਤਾਂ ਦੇਖੀ ਨਹੀਂ ਇਹਨੇ ਵੀ ਹੋਣੀ। ਵੈਸੇ 13 ਮਈ, ਮਈ ਦਾ ਮਹੀਨਾ ਕਿਹੜਾ? ਮਈ ਦਾ ਹੀ ਚੱਲਦਾ, 13 ਤਰੀਕ ਤਾਂ ਅੱਜ ਹੈ, 10 ਤਾਂ ਡੇਟ ਆ। ਫਿਰ ਜੇ ਕਿਤੇ ਕਿਤੇ 13 ਮਈ ਆ ਚੇਂਜ ਕਰਕੇ ਆਉਂਦਾ ਮੈਂ ਯਾਰ, 13 ਅੱਜ ਹੋਣੇ ਐਕਸਪਾਇਰ ਹੈ ਸਾਰੀ 13 ਤੱਕ ਬਣਾਉਣੇ ਆ, ਕੱਲ ਨੂੰ ਖਰਾਬ ਹੋ ਜਾਣੇ ਆ। 13 ਮਈ ਵਾਲੇ ਨੇ ਚੇਂਜ ਕਰਕੇ ਆਨੇ ਆ, ਸ਼ੁਕਰ ਹੈ ਜੀ ਆਪਾਂ ਦੇਖ ਲਿਆ ਡੇਟ। ਮੇਰਾ ਦਿਮਾਗ ਚੱਲ ਗਿਆ ਅੱਜ ਪਹਿਲੀ ਵਾਰ, 80 ਰੁਪਏ ਖਰਾਬ ਜਾਣੇ। ਜੇ ਆਪਾਂ ਨਾ ਰੁਕਦੇ ਫਿਰ ਆਪਾਂ ਹੀ ਲੈ ਜਾਣੇ, ਚਲੋ ਕੋਈ ਗੱਲ ਨੀ ਚੇਂਜ ਕਰਿਓ। ਠੰਡਾ ਵਗੈਰਾ ਪੀ ਲਿਆ, ਦੁੱਧ ਦੇ ਪੈਕਟ ਵੀ ਐਕਸਚੇਂਜ ਕਰਨੇ, ਪਰ ਪਤਾ ਸਾਨੂੰ ਫਿਰ ਵੀ ਲੱਗਿਆ ਵੀ ਕੀ ਹਿਸਾਬ ਕਿਤਾਬ ਇਹਦਾ, ਆਹ ਲਿਖਿਆ ਹੋਇਆ ਇਹਦਾ ਮਤਲਬ ਹੁਣ ਪਤਾ ਨਹੀਂ ਕਿਆ ਹੈ, ਗੂਗਲ ਨੈਟ 'ਤੇ ਵੀ ਨਹੀਂ ਨਿਕਲ ਰਿਹਾ, ਸਮਝ ਨਹੀਂ ਆ ਰਿਹਾ। ਮੈਨੂੰ ਲੱਗਦਾ ਕੰਪਨੀ ਉਜਾਲੀ ਆ ਹੈਲਮੈਨ, ਹਾਂਜੀ 50 ਰੁਪਏ ਦਾ ਰਿਸਕ ਲੈ ਲਿਆ, ਚਲੋ ਕੋਈ ਗੱਲ ਨਹੀਂ। ਅਤੇ ਇੱਕ ਜੀ ਤੁਹਾਨੂੰ ਹੋਰ ਦੱਸੀ, ਆਪਾਂ ਹੈਗੇ ਇਸ ਟਾਈਮ ਉਰੇ, ਆਹ ਦੇਖੋ ਮਝੋਲੇ ਤੋਂ ਪੀਲੀ ਭੀਤ ਵਾਲਾ ਰੋਡ ਆਏ, ਠੀਕ ਆ ਆਪਾਂ ਹੈਗੇ ਉਰੇ। ਅਤੇ ਆਹ ਦੇਖੋ ਥੋੜ੍ਹਾ ਜੂਮ ਕਰੀਏ ਤਾਂ ਆ ਗਿਆ ਨੇਪਾਲ, ਜਮ੍ਹਾਂ ਹੀ ਆਪਾਂ ਨੇਪਾਲ ਦੇ ਬੋਰਡਰ 'ਤੇ ਬੈਠੇ ਹਾਂ, ਇੱਕ ਤਰ੍ਹਾਂ ਦੇ ਖੁੰਝੇ 'ਚ ਬੈਠੇ ਹਾਂ, ਖੁੰਝੇ 'ਚ ਬੈਠੇ ਹਾਂ। ਆ ਜਾਓ ਆ ਜਾਓ ਬਾਈ ਨੇਪਾਲ ਚਲੇ, ਬਸ ਤੁਸੀਂ ਇਹ ਸਮਝੋ ਵੀ ਆ ਰਿਹਾ ਨੇਪਾਲ, ਇਹ ਘਰ ਤੋਂ ਪਿੱਛੇ, ਇੱਥੇ ਨਹੀਂ ਘਰ ਤੋਂ ਪਿੱਛੇ। ਆ ਗਿਆ ਪੀਲੀ ਭੀਤ ਟਾਈਗਰ ਰਿਜ਼ਰਵ, ਦੇਖੋ ਆਪਾਂ ਨੇਪਾਲ ਜਾਵਾਂਗੇ, ਨੇਪਾਲ ਤੋਂ ਫਿਰ ਆਪਾਂ ਚਾਈਨਾ 'ਚ, ਠੀਕ ਆ ਜੀ, ਚਾਈਨਾ ਤੋਂ ਆਪਾਂ ਚੱਲ ਜਾਵਾਂਗੇ
ਚਾਈਨਾ ਤੋਂ ਆਪਾਂ ਰਸ਼ੀਆ ਜਾਵਾਂਗੇ ਫਿਰ। ਰਸ਼ੀਆ ਤਾਂ ਬਹੁਤ ਵੱਡਾ ਏ, ਰਸ਼ੀਆ ਤੋਂ ਘੁੰਮਦੇ ਫਿਰਦੇ ਘੁੰਮਦੇ ਫਿਰਦੇ ਘੁੰਮਦੇ ਫਿਰਦੇ ਫਿਰ ਆਪਾਂ ਚੱਲ ਜਾਵਾਂਗੇ ਜਰਮਨੀ, ਜਰਮਨੀ ਤੋਂ ਇਟਲੀ, ਇਟਲੀ ਤੋਂ ਸਪੇਨ, ਬਾਅਦ ਫਿਰ ਆਪਾਂ ਘੁੰਮੀ ਹੋ ਜਾਣਾ। ਲੱਖਾਂ ਰੁਪਈਆ ਦਾ ਤੇਲ ਫੂਕਦਣਾ ਲਿਆਉਣਾ ਕਿੱਥੋਂ ਆ? ਸੁਪਨੇ ਨੇ, ਸੁਪਨੇ ਨੇ, ਕੋਈ ਗੱਲ ਨੀ, ਘੁੰਮਿਆ ਘੁੰਮਿਆ ਬਸ, ਦੁਬਾਰਾ ਚੱਲਿਆ, ਦੁਬਾਰਾ ਚੱਲੇ ਬਸ, ਹੁਣ ਬਰੇਲੀ ਨੂੰ ਜਾਣਾ, ਬਰੇਲੀ ਤੋਂ ਪੰਜਾਬ ਨੂੰ ਘੁੰਮਿਆ। ਬਹੁਤ ਸਾਲਾਂ ਬਾਅਦ ਘਰੇ ਚੱਲੇ, ਬਹੁਤ ਲੌਂਗ ਟ੍ਰਿਪ ਹੋ ਗਈ ਸਾਡੀ। ਪਿੱਛੇ ਰੋਕ ਲਾ,
ਉੜਦਾ ਹੀ ਆਉਂਦਾ ਚਲੋ ਕੋਈ ਹੁੰਦਾ ਰਹਿੰਦਾ ਕੋਈ ਬੜੇ ਬੜੇ ਸ਼ਹਿਰੋਂ ਛੋਟੀ ਛੋਟੀ ਬਾਤੇ ਹੁੰਦੀ ਬਾਕੀ ਰੋਡ ਆ ਪੁਲ ਬਣਦਾ ਪਿਆ ਸ਼ਹਿਰਾਂ ਚੋਂ ਸ਼ਹਿਰ ਬਰੇਲੀ ਸ਼ਹਿਰ ਬਰੇਲੀ ਸ਼ਹਿਰ 'ਚ ਆ ਗਏ ਆਪਾਂ ਢਾਬੇ 'ਤੇ ਬਹਿ ਕੇ ਖਾਣੀ ਆਪਾਂ ਰੋਟੀ ਖਾ ਕੇ ਫਿਰ ਆਪਾਂ ਸੋ ਜਾਣਾ ਸਵੇਰੇ ਜਾਵਾਂਗੇ ਘਰੋਂ ਸੋ ਜਾਵਾਂਗੇ ਆਪਾਂ ਵੀ ਲਾ ਲਈਏ ਫਿਰ ਕਦੇ ਹੋ ਜਾਂਦਾ ਬਾਈ ਕਦੇ ਕਿਤੇ ਰੋਜ਼ ਕਗਾ ਮੈਂ ਲੱਗ ਗਿਆ ਕਿਸ਼ਣਾ ਜਾਓਗੇ ਨਾ ਬਾਈ ਨਾ ਮੰਗੇ ਹੁਣ ਤਾਂ ਜਾ ਕੇ ਆ ਰਾਤ ਨੂੰ ਹੋਰ ਨਾ ਕਿ ਰੋਟੀ ਖਾਵਾਂਗੇ ਵੀਰੇ ਹੋਈ ਰੋਟੀ ਪਾਣੀ ਖਾ ਕੇ ਨਹਾ ਧੋ ਕੇ ਆ ਗਏ ਅਸੀਂ ਹੁਣ ਆਪਾਂ ਰੈਡੀ ਟੂ ਸਲੀਪ ਬਸ ਥੋੜ੍ਹੀ ਜਿਹੀ ਸਾਫ਼ ਸਫਾਈ ਜੀ ਕਰਦੀ ਹੈ ਦੋ ਪੀਪੇ ਪਾਣੀ ਡਾਲਦੇ ਸਵੇਰੇ ਉਹ ਕਰਨਾ ਯਾਰ ਕੱਟਾ ਪਾਣਾ ਇਹਦੇ ਉੱਪਰ ਪਿਆ ਸੀਟ ਗਿੱਲੀ ਕਰਦੀ ਸਾਰੀ ਸੋਵਾਂਗੇ ਆਰਾਮ ਨਾਲ ਹਵਾ ਚੱਲ ਜਾਵੇ ਮੈਂ ਕਹਿੰਦਾ ਠੰਡੀ ਠੰਡੀ ਜੀ ਮਜ਼ਾ ਹੀ ਆਜੂਗਾ ਹਵਾ ਨੀ ਚੱਲਦੀ ਅੱਜ ਹਵਾ ਚੱਲੇ ਸਵੇਰੇ ਜਿਹੜੀ ਚੱਲਣੀ ਸੀ ਜੇ ਤੁਸੀਂ ਇਸ ਵਲੋਗ ਨਾਲ ਉਰੇ ਤੱਕ ਬਣੇ ਰਹੇ ਹੋ ਮਤਲਬ ਤੁਸੀਂ ਇੰਨਾ ਪਿਆਰ ਦਿਖਾਇਆ ਸਾਨੂੰ ਤਾਂ ਇੱਕ ਲਾਈਕ ਕਰ ਦਿਓ ਇੱਕ ਲਾਈਕ ਓਨਲੀ ਵਨ ਲਾਈਕ ਐਂਡ ਵਨ ਕਮੈਂਟ ਐਂਡ ਜੇ ਤੁਸੀਂ ਵਲੋਗ ਦੇਖਿਆ ਉਰੇ ਤੱਕ ਤਾਂ ਇੱਕ ਲਾਈਕ ਕਰ ਦਿਓ ਬਸ ਕੁਛ ਨਹੀਂ ਕਰਨਾ ਹੈਗਾ ਬਟਨ ਦੱਬਣਾ ਲਾਈਕ ਵਾਲਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈੱਲ ਆਈਕਨ ਦੱਬ ਲਿਓ ਸਭ ਤੋਂ ਪਹਿਲਾਂ ਤੁਹਾਨੂੰ ਹੀ ਆਊਗੀ ਸਾਡੀ ਵੀਡੀਓ ਦੀ ਫਿਰ ਜੇ ਉਹ ਆਊਗੀ ਨੋਟੀਫਿਕੇਸ਼ਨ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਊਗੀ ਇੱਕ ਤੁਹਾਡਾ ਹੀ ਫਾਇਦਾ ਹੈ ਸਾਨੂੰ ਕੁਛ ਨਹੀਂ ਮਿਲਣਾ ਬਸ ਇੱਕ ਸਬਸਕ੍ਰਾਈਬਰ ਵਧ ਜਾਣਾ ਸਾਡਾ ਬਸ ਇੱਕ ਮਿਲਦੇ ਹਾਂ ਤੁਹਾਨੂੰ ਕੱਲ੍ਹ ਨਵੇਂ ਵੀਡੀਓ ਨਵੇਂ ਵਲੋਗ 'ਚ ਹੁਣ ਆਪਾਂ ਜਾ ਕੇ ਸੋਨੇ ਜਜ਼ਬਾਤੀ ਹੋ ਗਿਆ ਸੀ ਭਾ ਇੰਨਾ ਜਜ਼ਬਾਤੀ ਨਹੀਂ ਹੋਣਾ ਸੋ ਜਾ ਕੋਈ ਗੱਲ